ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦਾ ਹੈ, ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਇੱਕ ਬੈਂਕ ਨੂੰ ਜੋ ਹੈ ਅੰਜਾਮ ਦਿੱਤਾ ਗਿਆ, ਬੈਂਕ ਵਿਖੇ ਲੁੱਟ ਦੀ ਵਾਰਦਾਤ ਨੂੰ ਜੋ ਹੈ ਅੰਜਾਮ ਦਿੱਤਾ ਗਿਆ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਤਰਨ ਤਾਰਨ ਰੋਡ 'ਤੇ ਨਾਮਧਾਰੀ ਕੰਡੇ ਦੇ ਠੀਕ ਲਾਗੇ ਹੀ ਇਹ ICICI ਬੈਂਕ ਹੈ, ਜਿੱਥੇ ਕਿ ਹੁਣੇ ਕੁਝ ਸਮਾਂ ਪਹਿਲਾਂ ਹੀ ਜੋ ਲੱਖਾਂ ਦੀ ਲੁੱਟ ਦੀ ਜੋ ਵਾਰਦਾਤ ਹੈ ਉਸਨੂੰ ਲੁਟੇਰਿਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਇੱਥੇ ਜੋ ਮੀਡੀਆ ਦਾ ਜਮਾਵੜਾ ਨਜ਼ਰ ਆ ਰਿਹਾ, ਔਰ ਅੰਦਰ ਬੈਂਕ ਦੇ ਜੋ ਤਮਾਮ ਪੁਲਿਸ ਦੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ। ਔਰ ਜੋ ਜਾਣਕਾਰੀ ਮਿਲੀ ਹੈ ਕਿ ਤਕਰੀਬਨ 2:15 ਦੇ ਵਜੇ ਜੋ ਕੈਸ਼ ਵੈਨ ਹੈ ਉਹ ਇੱਥੇ ਪਹੁੰਚਦੀ ਹੈ, ਜਿਸ ਤੋਂ ਕਿ ਬਾਅਦ ਜੋ ਲੁਟੇਰੇ ਨੇ ਜੋ ਕਹਿ ਸਕਦੇ ਹਾਂ ਕਿ ਪਹਿਲਾਂ ਹੀ ਫਰਾਕ ਦੇ ਵਿੱਚ ਸੀਗੇ ਕਿ ਉਹ ਬੈਂਕ ਨੂੰ ਲੁੱਟ ਸਕਣ, ਤਾਂ ਉਸ ਜਗ੍ਹਾ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਉਹ ਕੀ ਕਹਿ ਸਕਦੇ ਹਾਂ ਕਿ ਪਹਿਲਾਂ ਜੋ ਇੱਕ ਲੁਟੇਰਿਆਂ ਦੇ ਵੱਲੋਂ ਕਹਿ ਸਕਦੇ ਹਾਂ ਕਿ ਇੱਕ ਦੂਸਰੇ ਨੂੰ ਇੰਟੀਮੇਟ ਜਿੱਥੋਂ ਕੀਤਾ ਗਿਆ, ਤਾਂ ਸਾਹਮਣੇ ਤਸਵੀਰਾਂ ਨੇ ਇਹ ਰਾਮਗੜੀਆ ਗੇਟ ਤੋਂ ਤਰਨ ਤਾਰਨ ਰੋਡ ਜੋ ਸ਼ੁਰੂਆਤ ਜਿੱਥੋਂ ਦੀ ਹੁੰਦੀ ਹੈ ਅਤੇ ਉਸ ਪਾਸਿਓਂ ਦੀ ਇੱਕ ਲੁਟੇਰਾ ਪਹਿਲਾਂ ਆਉਂਦਾ ਹੈ, ਔਰ ਉਹ ਠੀਕ ਬੈਂਕ ਦੇ ਬਾਹਰ ਇੱਥੇ ਆ ਕੇ ਪਹਿਲਾਂ ਕਹਿ ਸਕਦੇ ਹਾਂ ਕਿ ਆਲਾ ਦੁਆਲਾ ਸਾਰਾ ਦੇਖਦਾ ਹੈ, ਕਿਉਂਕਿ ਜੋ ਮਾਹੌਲ ਹੈ ਜੋ ਕਹਿ ਸਕਦੇ ਹਾਂ ਕਿ ਜੋ ਨਾਲ ਲੱਗਦੀ ਇੱਧਰ ਗਲੀ ਵੀ ਆ ਅਤੇ ਇੱਥੇ ਵੀ ਇੰਨੀ ਆਵਾਜਾਈ ਨਹੀਂ ਹੈ, ਔਰ ਮੁੱਖ ਸੜਕ 'ਤੇ ਜੇ ਗੱਲ ਕਰੀਏ ਤਾਂ ਬਿਲਕੁਲ ਜੋ ਬੈਂਕ ਹੈ ਇਹ ਕਿਨਾਰੇ 'ਤੇ ਹੀ ਬਣਿਆ ਹੋਇਆ, ਔਰ ਠੀਕ ਇੱਥੇ ਜਿੱਥੇ ਤੁਸੀਂ ਸਾਹਮਣੇ ਤਸਵੀਰਾਂ 'ਚ ਪੁਲਿਸ ਦੀ ਗੱਡੀ ਦੇਖ ਰਹੇ ਹੋ, ਇੱਥੇ ਹੀ ਉਸ ਲੁਟੇਰੇ ਦੇ ਵੱਲੋਂ ਜੋ ਉਸਦੇ ਦੋ ਹੋਰ ਸਾਥੀ ਸੀਗੇ ਉਹ ਐਕਟਿਵਾ 'ਤੇ ਆਉਂਦੇ ਨੇ, ਤਾਂ ਉਹਨਾਂ ਦੇ ਵੱਲੋਂ ਇੱਥੇ ਆਪਣੀ ਜੋ ਐਕਟਿਵਾ ਲਗਾਈ ਜਾਂਦੀ ਹੈ, ਔਰ ਉਸ ਤੋਂ ਬਾਅਦ ਜੋ ਸਾਹਮਣੇ ICICI ਬੈਂਕ ਜੋ ਤੁਸੀਂ ਦੇਖ ਰਹੇ ਹੋ ਇੱਥੇ ਜਾ ਕੇ ਉਹ ਲੁੱਟ ਦੀ ਜੋ ਵਾਰਦਾਤ ਹੈ ਉਸਨੂੰ ਅੰਜਾਮ ਦਿੰਦੇ ਨੇ। ਹਾਲਾਂਕਿ ਕਿਹਾ ਜਾਂਦਾ ਕਿ ਇੱਕ ਬੰਦਾ ਬਾਹਰ ਜੋ ਹੈ ਪਹਿਲਾਂ ਪੈਦਲ ਆਉਂਦਾ ਅਤੇ ਉਹ ਇੱਥੇ ਇੰਤਜ਼ਾਰ ਕਰਦਾ, ਔਰ ਉਸ ਤੋਂ ਬਾਅਦ ਜੋ ਉਸਦੇ ਦੋ ਸਾਥੀ ਹੁੰਦੇ ਨੇ ਉਹ ਇਹ ਨਾਲ ਲੱਗਦੀ ਗਲੀ ਵੱਲੋਂ ਹੀ ਅਗਾਂਹ ਨੂੰ ਭੱਜਦੇ ਵਿਖਾਈ ਦਿੰਦੇ ਨੇ। ਔਰ ਇਸ ਗਲੀ ਦੀ ਜੇ ਗੱਲ ਕੀਤੀ ਜਾਵੇ ਤਾਂ ਜਿੱਥੇ ਕਿ ਕਹਿ ਸਕਦੇ ਹਾਂ ਕਿ ਫਿਲਹਾਲ ਕਾਫੀ ਜੋ ਖੁੱਲ੍ਹਾ ਇਸਦਾ ਪੈਸੇਜ ਹੈ ਤਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਭੱਜਣ ਦੇ ਵਿੱਚ ਵੀ ਆਸਾਨੀ ਹੋਈ ਹੋਵੇਗੀ, ਪਰ ਫਿਲਹਾਲ ਜੋ ਇਹ ਜਾਂਚ ਦਾ ਵਿਸ਼ਾ ਕਿੰਨੇ ਲੱਖ ਦੀ ਲੁੱਟ ਨੂੰ ਜੋ ਵਾਰਦਾਤ ਨੂੰ ਜੋ ਅੰਜਾਮ ਦਿੱਤਾ ਗਿਆ ਉਹ ਹਜੇ ਫਿਲਹਾਲ ਪੁਲਿਸ ਕਰਮੀ ਅੰਦਰ ਪਹੁੰਚੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਜੋ ਜਾਂਚ ਪੜਤਾਲ ਹੈ ਜੋ ਤਫਤੀਸ਼ ਹੈ ਜੋ CCTV ਖੰਗਾਲੇ ਜਾ ਰਹੇ ਨੇ ਕਿ ਤਾਂ ਜੋ ਪੁਸ਼ਟੀ ਹੋ ਸਕੇ ਕਿ ਕਿੰਨੇ ਲੱਖ ਦੀ ਜੋ ਰਕਮ ਹੈ ਜਿਸਦੀ ਕਿ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਕ ਲੁਟੇਰਾ ਸੀਗਾ ਜੋ ਪਹਿਲਾਂ ਆ ਕੇ ਜਿਸਨੇ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਬੈਂਕ ਵਿਖੇ ਉਹ ਹੁਣ ਅੰਦਰ ਜਾ ਸਕਦੇ ਨੇ, ਤਾਂ ਉਹ ਅਗਾਂਹ ਇੱਥੋਂ ਦੀ ਪੈਦਲ ਗਿਆ ਸੀ, ਔਰ ਦੂਸਰੇ ਪਾਸੇ ਜੋ ਕਹਿ ਸਕਦੇ ਹਾਂ ਕਿ ਜੋ ਹੋਰ ਦੋ ਉਸਦੇ ਸਾਥੀ ਸੀਗੇ ਉਹ ਇਸ ਪਾਸੇ ਨੂੰ ਹੁੰਦੇ ਹੋਏ ਭੱਜਦੇ ਹੋਏ ਵਿਖਾਈ ਦਿੱਤੇ। ਪਰ ਹੁਣ ਫਿਲਹਾਲ ਜੋ DCP ਹਰਪ੍ਰੀਤ ਸਿੰਘ ਵੰਡੇਰ ਉਹ ਪਹੁੰਚ ਚੁੱਕੇ ਨੇ, ਔਰ ਤਮਾਮ ਪੁਲਿਸ ਦੇ ਜੋ ਅਧਿਕਾਰੀ ਨੇ ਉਹ ਬੈਂਕ ਦੇ ਅੰਦਰ ਨੇ, ਔਰ ਉਹਨਾਂ ਦੇ ਵੱਲੋਂ ਜੋ CCTV ਨੇ ਉਹ ਖੰਗਾਲੇ ਜਾ ਰਹੇ ਨੇ ਕਿ ਤਾਂ ਜੋ ਸੰਬੰਧਿਤ ਜੋ ਜਾਣਕਾਰੀ ਹੈ ਉਹ ਮਿਲ ਸਕੇ। ਇਹ ICICI ਬੈਂਕ ਜੀ, ਤੁਹਾਨੂੰ ਪਤਾ ਤਾਂ ਹੈਗੀ ਆ ਵੀ ਜਿਹੜੀ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਏ, ਇੱਕ ਬੰਦਾ ਜੋ ਦੱਸ ਰਿਹਾ ਬਾਹਰ ਸੀ, ਅਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਅਰਾਊਂਡ 12 ਲੱਖ ਅਮਾਊਂਟ ਆ ਉਹ ਲੈ ਕੇ ਗਏ ਆ, ਔਰ ਅਸੀਂ ਇਹਦੇ 'ਚ ਕੇਸ ਰਜਿਸਟਰ ਕਰ ਲਿਆ, ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਛ ਹੀ ਘੰਟਿਆਂ ਦੇ ਵਿੱਚ ਟਰੇਸ ਕਰ ਲਾਂਗੇ। ਅੱਛਾ ਸਰ, ਇਹ ਜਦੋਂ ਅੰਦਰ ਐਂਟਰ ਹੋਇਆ ਕਿਹਾ ਜਾ ਰਿਹਾ ਕਿ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਘੇਰਿਆ ਇਹਨਾਂ ਨੇ, ਸਰ ਹਥਿਆਰ ਨਹੀਂ ਹਜੇ ਜਿਹੜੀ CCTV 'ਚ ਜੋ ਐਵੀਡੈਂਸ ਆਈ ਹੈ ਨਾ ਜੋ ਸ਼ੇਅਰ ਤਾਂ ਨਹੀਂ ਕੀਤੀ ਜਾ ਸਕਦੀ, ਸਾਡੀ ਇਨਵੈਸਟੀਗੇਸ਼ਨ 'ਤੇ ਇਫੈਕਟ ਕਰੇਗੀ, ਪਰ ਅਸੀਂ ਜੋ ਕੁਝ CCTV ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ 'ਤੇ ਪਲੇਸ ਆਫ ਅਕਰੰਸ 'ਤੇ ਜਿੰਨੀ ਐਵੀਡੈਂਸ ਆ ਉਹ ਅਸੀਂ ਦੇਖ ਲਈ ਆ ਔਰ ਲੈ ਲਈ ਆ, ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਕਰ ਹਜੇ ਇਨੀਸ਼ਲੀ ਜੋ ਪਤਾ ਲੱਗ ਰਿਹਾ ਜੀ 3 ਬੰਦੇ ਦਾਖਲ ਹੋਏ ਆ, ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਹੈ। ਅੱਛਾ ਸਰ, ਇੱਕ ਗੱਲ ਹੋਰ ਕਹੀ ਜਾ ਰਹੀ ਕਿ ਬੈਂਕ ਦੇ ਬਾਹਰ ਸਿਕਿਉਰਟੀ ਗਾਰਡ ਨਹੀਂ ਹੈਗਾ ਸੀ, ਜ਼ਿਆਦਾਤਰ ਇਸ ਤਰ੍ਹਾਂ ਦੇ ਬੈਂਕ ਨੂੰ ਸ਼ਿਕਾਰ ਕੀਤਾ ਜਾਂਦਾ ਜਿੱਥੇ ਸਿਕਿਉਰਟੀ ਗਾਰਡ ਲੱਗਦਾ ਕਿ ਬੈਂਕ ਦਾ ਵੀ ਕਸੂਰ? ਹਾਂਜੀ, ਸਿਕਿਉਰਟੀ ਗਾਰਡ ਤਾਂ ਨਹੀਂ ਹੈ ਜੀ, ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ
ਵੀ ਉਹਦੀ ਸਾਨੂੰ ਰਿਟਨ ਰਿਪੋਰਟ ਦਿਓ ਵੀ ਜਿਹੜੇ ਸਕਿਉਰਿਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਅਡੋਪਟ ਕੀਤੇ ਆ। ਸਕਿਉਰਿਟੀ ਗਾਰਡ ਤਾਂ ਕਲੀਅਰ ਹੈ ਜੀ, ਨਹੀਂ ਸੀ ਹਾਂਜੀ ਹਾਂਜੀ ਨੇ, ਬਿਲਕੁਲ ਸੇਫ ਨੇ, ਕੋਈ ਕਿਸੇ ਨਾਲ ਇੱਦਾਂ ਦੀ ਕੋਈ ਮੈਨ ਹੈਂਡਲਿੰਗ ਜਾਂ ਅਦਰਵਾਈਜ਼ ਕੁਛ ਨਹੀਂ, ਬਿਲਕੁਲ ਸੇਫ ਨੇ। ਇਹ ਜਿਹੜੀ ਅਮਾਊਂਟ ਆ ਜੀ ਇਹਨੂੰ ਅਸੀਂ ਕਲੀਅਰ ਕਰ ਦਿੱਤੇ, ਤੁਹਾਨੂੰ ਦੱਸਿਆ ਜੀ ਕੁਛ ਘੰਟਿਆਂ ਦੇ ਵਿੱਚ ਹੀ ਅਸੀਂ ਇਹਨੂੰ ਟਰੇਸ ਕਰਾਂਗੇ, ਸਾਡੇ ਕੋਲ ਕਲੂਜ਼ ਹੈਗੇ ਆ ਔਰ ਅਸੀਂ ਬਿਲਕੁਲ ਸਾਡੀਆਂ ਇਨਵੈਸਟੀਗੇਸ਼ਨ ਟੀਮਸ ਮੂਵ ਕਰ ਗਈਆਂ ਇਹਨੂੰ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰੋਲੀ ਇਹਨੂੰ ਇਨ ਡੈਪਥ ਜਾ ਕੇ ਅਸੀਂ ਟਰੇਸ ਕਰ ਰਹੇ। ਦੇਖੋ ਜੀ ਅਸੀਂ ਸਾਡੇ ਕਮਿਸ਼ਨਰੇਟ ਦੀ ਗੱਲ ਕਰੀਏ, ਹੁਣ ਤੱਕ ਜਿੰਨਾ ਵੀ ਕ੍ਰਾਈਮ ਹੋਇਆ ਤੁਸੀਂ ਵੀ ਸਾਨੂੰ ਟਾਈਮ ਟੂ ਟਾਈਮ ਮਿਲਦੇ ਹੋ, ਅਸੀਂ ਉਹਨੂੰ ਇਨ ਟਾਈਮ ਟਰੇਸ ਕਰਦੇ ਰਹੇ, ਇਹ ਵੀ ਟਰੇਸ ਹੋਏਗਾ ਜੀ। ਡੀ ਸੀ ਪੀ ਹਰਪ੍ਰੀਤ ਸਿੰਘ ਮੰਡੇਰ ਆਪਣੀ ਟੀਮ ਦੇ ਨਾਲ ਇਸ ਬੈਂਕ ਵਿਖੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਜੋ ਸੀ ਸੀ ਟੀ ਵੀ ਤਸਵੀਰਾਂ ਨੇ ਉਹ ਖੰਗਾਲੀਆਂ ਗਈਆਂ ਔਰ ਉਹਨਾਂ ਨੇ ਤਸਵੀਰਾਂ ਖੰਗਾਲਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 3 ਵਿਅਕਤੀਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਸੀ ਔਰ ਜਿਸ ਵਿੱਚ ਕੈਸ਼ੀਅਰ ਤੋਂ ਹਥਿਆਰ ਦੀ ਨੋਕ 'ਤੇ 12 ਲੱਖ ਰੁਪਏ ਦੀ ਜੋ ਲੁੱਟ ਹੈ ਉਹ ਕੀਤੀ ਗਈ ਹੈ। ਔਰ ਕਿਹਾ ਕਿ ਹਜੇ ਫਿਲਹਾਲ ਵੈਪਨ ਨਹੀਂ ਜੋ ਤਸਵੀਰਾਂ 'ਚ ਕਲੀਅਰ ਹੋ ਪਾ ਰਿਹਾ ਕਿ ਕਿਹੜੇ ਵੈਪਨ ਦੇ ਨਾਲ ਉਹਨਾਂ ਦੇ ਵੱਲੋਂ ਇਸ ਲੁੱਟ ਨੂੰ ਵਾਰਦਾਤ ਨੂੰ ਜੋ ਹੈ ਅੰਜਾਮ ਦਿੱਤਾ ਗਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਜੋ ਬੈਂਕ ਹੈ ਇਹ ਤਰਨ ਤਾਰਨ ਰੋਡ 'ਤੇ ਫਿਲਹਾਲ 6 ਮਹੀਨੇ ਪਹਿਲਾਂ ਹੀ ਇੱਥੇ ਬਣਿਆ ਔਰ ਇੱਥੇ ਫਿਲਹਾਲ ਕਹਿ ਸਕਦੇ ਹਾਂ ਕਿ 6 ਮਹੀਨਿਆਂ ਦੇ ਅੰਤਰਾਲ ਦੇ ਵਿੱਚ ਹੀ ਇਹ ਜੋ ਵੱਡੀ ਵਾਰਦਾਤ ਹੈ ਲੱਖਾਂ ਦੀ ਲੁੱਟ ਦੀ ਇਹ ਦੇਖਣ ਨੂੰ ਮਿਲੀ ਹੈ। ਔਰ ਇੱਕ ਹੋਰ ਜੋ ਗੱਲ ਸਾਹਮਣੇ ਆਈ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਬੈਂਕਾਂ ਦੇ ਗੇਟਾਂ ਦੇ ਬਾਹਰ ਸਿਕਿਉਰਿਟੀ ਗਾਰਡ ਤੈਨਾਤ ਹੁੰਦੇ ਨੇ, ਇਸ ਬੈਂਕ ਵਿਖੇ ਕੋਈ ਸਿਕਿਉਰਿਟੀ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਸੀਗੇ ਜੋ ਕਹਿ ਸਕਦੇ ਹਾਂ ਕਿ ਲੁਟੇਰਿਆਂ ਨੂੰ ਉਹ ਵੀ ਇੱਕ ਕਹਿ ਸਕਦੇ ਹਾਂ ਕਿ ਮੌਕਾ ਮਿਲ ਗਿਆ ਕਿ ਤਾਂ ਜੋ ਆਸਾਨੀ ਦੇ ਨਾਲ ਬੈਂਕ ਦੇ ਵਿੱਚ ਦਾਖਲ ਹੋ ਗਏ ਔਰ ਉਹਨਾਂ ਦੇ ਵੱਲੋਂ ਇਸ ਪੂਰੀ ਜੋ ਹੈ ਘਟਨਾ ਨੂੰ ਜੋ ਅੰਜਾਮ ਹੈ ਉਹ ਦੇ ਦਿੱਤਾ ਗਿਆ। ਪਰ ਉੱਥੇ ਹੀ ਜੋ ਡੀ ਸੀ ਪੀ ਹਰਪ੍ਰੀਤ ਸਿੰਘ ਮੰਡੇਰ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਔਰ ਜਲਦ ਹੀ ਜੋ ਆਰੋਪੀ ਹੈ ਉਹਨਾਂ ਨੂੰ ਫੜ ਲਿੱਤਾ ਜਾਵੇਗਾ ਅਤੇ ਉਹ ਸੁਰਾਖਾਂ ਦੇ ਪਿੱਛੇ ਹੋਣਗੇ।